ਨੈਣ ਪਸੰਦੋ ਸੋਏ ਨੈਣ ਪਸੰਦੋ ਸੋਏ ਪੇਖ ਮੁਸ਼ਤਾਕ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਮੈਂ ਨਿਰਗੁਣ ਮੈਂ ਨਿਰਗੁਣ ਮੇਰੀ ਮਾਏ ਮੈਂ ਨਿਰਗੁਣ ਮੈਂ ਨਿਰਗੁਣ ਮੇਰੀ ਮਾਏ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤੋ ਮੈਂ ਨਿਰਗੁਣ ਯਾਰੇ ਮੈਂ ਨਿਰਗੁਣ ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਮੇਰੀ ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਹਾਂ ਰੂਪਹੀਨ ਬੁੱਧ ਬਲਹੀਨੀ ਮੋਹੇ
ਪਰਦੇਸਨ ਦੂਰ ਤੇ ਆਈ ਨੀਸਾ
ਨੀ ਸਾ ਰੇ ਮਾ ਪਾ ਧਾ ਮਾ ਪਾ ਰੇ ਮਾ ਰੇ ਨੀ ਸਾ ਹੋ ਬਨ ਜਾ ਕੁਰਬਾਨ ਹਾ ਪਸੰਦੋ ਸੋਏ ਨੈਣ ਪਸੰਦੋ ਸੋਏ ਵੇਖ ਮੁਸ਼ਤਾ ਗਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਨਹੀਂ ਹਾਂ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਨਹੀਂ ਨੈਣ ਪਸੰਦੋ ਸੋਏ ਨੈਣ ਪਸੰਦੋ ਸੋਏ ਸਤਸੰਗਤ ਇੱਕ ਡੇਢ ਮਿੰਟ ਵਾਸਤੇ ਸ਼ਬਦ ਦੇ ਵਿਚਾਰ ਕਿਉਂਕਿ ਸ਼ਬਦ ਥੋੜ੍ਹਾ ਮਹਿੰਗਾ ਹੈ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਐ ਮਾਂ ਉਸ ਪਿਆਰੇ ਪ੍ਰੀਤਮ ਵਾਹਿਗੁਰੂ ਜੀ ਦੇ ਦੀਦਾਰ ਕਰਦਿਆਂ ਸਾਰ ਮੇਰਾ ਇਹ ਹਾਲ ਹੋ ਗਿਆ ਵੀ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਨੈਣ ਪਸੰਦੋ ਨੈਣਾ ਦਾ ਅਰਥ ਹੈ ਅੱਖੀਆਂ ਪਸੰਦੋ ਦਾ ਅਰਥ ਹੈ ਪਸੰਦ ਆ ਜਾਣਾ ਇਹਨਾਂ ਨੈਣਾਂ ਨੂੰ ਉਹ ਪਿਆਰਾ ਪ੍ਰੀਤਮ ਵਾਹਿਗੁਰੂ ਦੇਖਦਿਆਂ ਸਾਰ ਮਾਂ ਪਸੰਦ ਆ ਗਿਆ ਉਹਨੂੰ ਦੇਖਦਿਆਂ ਸਾਰ ਮੈਂ ਮੁਸ਼ਤਾਕ ਹੋ ਗਈ ਉਹ ਅਵਸਥਾ ਬਣ ਗਈ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਹਨ ਕਿ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਮਾਂ ਨੈਣ ਪਸੰਦੋ ਸੋਏ ਪੇਖ ਮੁਸ਼ਤਾਕ ਭਈ ਹੁਣ ਇੰਨਾ ਸੋਹਣਾ ਇੰਨਾ ਸੁਨੱਖਾ ਇੰਨਾ ਵੱਡਾ ਭਰਪੂਰ ਗੁਣਾਂ ਦਾ ਖਜ਼ਾਨਾ ਮਾਲਕ ਵਾਹਿਗੁਰੂ ਮੈਂ ਸੋਚਿਆ ਵੀ ਇਹਨੂੰ ਮੈਂ ਪਸੰਦ ਆ ਜਾਂਗੀ ਕਿੱਥੇ ਉਹ ਅਤੇ ਕਿੱਥੇ ਮੈਂ ਉਗਣਿਆਰੀ ਮਾਂ ਐਸਾ ਦਿਆਲ ਪ੍ਰਭੂ ਮੈਂ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਵੇਖਿਆ ਜਿਸ ਸੋਹਣੇ ਪ੍ਰਭੂ ਨੇ ਕਿਰਪਾ ਕਰਕੇ ਮੈਨੂੰ ਆਪਣੇ ਲੜ ਲਾ ਲਿਆ ਨੈਣ ਪਸੰਦੋ ਸੋਏ ਪੇਖ ਮੁਸ਼ਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਸਾਧ ਸੰਗਤ ਸਮਾਂ ਨਹੀਂ ਬਹੁਤਾ ਪਰ ਸੱਚ ਇਹ ਹੈ ਵੀ ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ ਅਸੀਂ ਜਿੰਨੇ ਵੱਡੇ ਗੁਨਾਹਗਾਰ ਹਾਂ ਉਹਨਾਂ ਵੱਡਾ ਉਹ ਦਿਆਲੂ ਹੈ ਸਾਹਿਬ ਗੁਰੂ ਪੰਚਮ ਪਾਤਸ਼ਾਹ ਜੀ ਉਸ ਪਿਆਰੇ ਪ੍ਰੀਤਮ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜ ਕੇ ਕਹਿੰਦੇ ਨੇ ਮਾਂ ਸਾਈਂ ਅਲੱਖ ਅਪਾਰ ਭੋਰੀ ਮਨ ਵਸੈ ਉਹਦੇ ਖਿਣ ਮਾਤਰ ਮਨ ਹਿਰਦੇ ਵਿੱਚ ਵਸ ਜਾਣ ਦਾ ਕੀ ਫਾਇਦਾ ਹੈ ਦੁੱਖ ਦਰਦ ਰੋਗ ਮਾਏ ਮੈਂਡਾ ਹੱਬ ਨਸੈ ਦੇਖੋ ਸਾਧ ਸੰਗਤ ਭਾਵੇਂ ਅਰਥ ਇਹ ਕਈ ਸ਼ਬਦ ਹਨ ਪਰ ਅਰਥ ਇੱਕੋ ਹੈ ਸਾਈਂ ਅਲੱਖ ਅਪਾਰ ਭੋਰੀ ਮਨ ਵਸੈ ਦੁੱਖ ਦਰਦ ਰੋਗ ਇਹ ਤਿੰਨੇ ਸ਼ਬਦ ਜਿਹੜੇ ਹਨ
ਇਹ ਪਰੇਸ਼ਾਨ ਕਰਨ ਵਾਲੇ ਹਨ। ਦੁਨੀਆਂ ਵਿੱਚ ਕੋਈ ਐਸਾ ਸ਼ਖਸ ਨਹੀਂ ਜਿਹੜਾ ਅਰਦਾਸ ਕਰਕੇ ਇਹਨਾਂ ਚੀਜ਼ਾਂ ਦੀ ਮੰਗ ਕਰਦਾ ਹੋਵੇ। ਪਰ ਸਾਹਿਬ ਕਹਿੰਦੇ ਕਿ ਫਿਰ ਵੀ ਉਹ ਪਿਆਰਾ ਪ੍ਰੀਤਮ ਵਾਹਿਗੁਰੂ ਉਹਦੇ ਮਨ ਹਿਰਦੇ ਵਿੱਚ ਨਿਵਾਸ ਕਰਨ ਤੋਂ ਬਾਅਦ ਇਨਸਾਨ ਦੇ ਦੁੱਖ ਦਰਦ ਰੋਗ ਸਾਰੇ ਦੂਰ ਹੋ ਜਾਂਦੇ ਹਨ। ਦੁੱਖ ਦਰਦ ਰੋਗ ਮਾਏ ਮੈਂਡਾ ਹੱਬ ਨੱਸੈ, ਹੱਬ ਦਾ ਮਤਲਬ ਸਾਰੇ ਦੁੱਖ ਦਲਿੱਦਰ ਦੂਰ ਹੋ ਗਏ। ਮਾਂ ਹਉ ਵੰਝਾਂ ਕੁਰਬਾਨ ਸਾਈਂ ਆਪਣੇ ਹੋਵੇ ਆਨੰਦ ਕਣਾ ਮਨ ਤਨ ਜਾਪਣੇ। ਅਗਲੀਆਂ ਤੁਕਾਂ ਹਨ। ਮਾਂ ਉਸ ਪਿਆਰੇ ਪ੍ਰੀਤਮ ਵਾਹਿਗੁਰੂ ਜੀ ਬਿੰਦਕ ਮਾਤਰ ਗਾਲ ਗੱਲ ਸੁਣਦਿਆਂ ਸਾਰ, ਸ਼ਬਦ ਹੈ ਬਿੰਦਕ ਗਾਲ ਸੁਣੀ, ਸਾਡੀ ਪੰਜਾਬੀ ਦਾ ਇਹ ਮੇਰਾ ਖਿਆਲ ਸ਼ਬਦ ਹੈ, ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ ਪ੍ਰਾਪਤੀ ਕੀ ਹੈ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ। ਅਖੀਰਲੀਆਂ ਤੁਕਾਂ ਮੇਰੇ ਸਾਹਿਬ ਦੀਨ ਦਿਆਲ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਕਹਿੰਦੇ ਨੇ ਕਿ ਉਹ ਐਸਾ ਬੇਅੰਤ ਵੱਡਾ ਮਹਾਂ ਵਿਸ਼ਾਲ ਪ੍ਰਭੂ ਹੈ ਜਿਹੜਾ ਬੇਦ ਕਤੇਬ ਸੰਸਾਰ ਹਵਾਹੂ ਬਾਹਰਾ, ਸਾਰਿਆਂ ਤੋਂ ਉਹ ਬਾਹਰ ਹੈ, ਸਾਰਿਆਂ ਤੋਂ ਉੱਤੇ ਹੈ। ਬੇਦ ਕਤੇਬ ਸਿਰਫ ਅੱਖਰੀ ਉਸਨੂੰ ਵਖਾਣ ਕਰਦੇ ਹਨ, ਉਸਦੀ ਮਹਿਮਾ ਕਰਦੇ ਹਨ, ਪਰ ਮਾਂ ਉਹਦੀ ਉਪਮਾ ਸੱਚ ਇਹ ਹੈ ਵੀ ਕਈ ਜਾ ਹੀ ਨਹੀਂ ਸਕਦੀ, ਉਹ ਇੰਨਾ ਵੱਡਾ ਹੈ। ਬੇਦ ਕਤੇਬ ਸੰਸਾਰ ਹਵਾਹੂ ਬਾਹਰਾ, ਪਰ ਇਸ ਦੇ ਬਾਵਜੂਦ ਵੀ ਉਹ ਹੈ ਕਿੱਥੇ? ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ, ਨਾਨਕ ਕਾ ਪਾਤਸ਼ਾਹ। ਸਾਧ ਸੰਗਤ ਜਦੋਂ ਸਾਡੇ ਸਾਰੇ ਆਸਰੇ ਸਾਰੀਆਂ ਆਸਾਂ ਟੁੱਟ ਜਾਣ ਤੇ ਸਭ ਤੋਂ ਨਜ਼ਦੀਕ ਜਿਹੜਾ ਨਜ਼ਰ ਆਉਂਦਾ ਹੈ ਨਾ, ਉਹ ਨਾਨਕ ਕਾ ਪਾਤਸ਼ਾਹ ਹੈ। ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ। ਆਓ ਐਸੇ ਦੀਨ ਦਿਆਲ ਪ੍ਰਭੂ ਵਾਹਿਗੁਰੂ ਜੀ ਦੀ ਉਸਤਤ ਵਿੱਚ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਦੋ ਅੰਤਰੇ ਬਾਕੀ ਹਨ, ਸਮੇਂ 'ਚ ਰਹਿ ਕੇ ਕੀਰਤਨ ਦੀ ਸਮਾਪਤ ਕਰੀਏ ਜੀ। ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮਣੀ। ਮੈਂ ਨਿਰਗੁਣ ਮੇਰੀ ਮਾਏ ਮੇਰੀ ਮਾਪ ਲੜ ਲਾਏ ਲਈ ਆਪ ਲੜ ਲਾਏ ਲਈ।